ਤਲਵੰਡੀ ਭਾਈ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਦੌਰਾਨ ASI ਗੁਰਦੀਪ ਸਿੰਘ ਨੇ ਇੱਕ ਵਿਅਕਤੀ ਕੋਲੋਂ 30 ਬੋਤਲਾਂ ਦੇਸੀ ਘਰ ਦੀ ਸ਼ਰਾਬ ਬਰਾਮਦ ਕੀਤੀ। ਫੜੇ ਗਏ ਵਿਅਕਤੀ ਦਾ ਨਾਮ ਨਿਰਮਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕਰਮੂਵਾਲਾ ਜ਼ਿਲ੍ਹਾ ਫਿਰੋਜ਼ਪੁਰ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਭਾਈ ਤੋਂ ਪਰਮਜੀਤ ਸਿੰਘ ਪੰਮਾ, ਆਜ਼ਾਦ TV ਨਿਊਜ਼। ਇਹ ਬੰਦਾ ਜੀ ਮੁੱਖ ਬਰਖਾਸਤ ਦੀ ਇਤਲਾਹ ਮਿਲੀ ਸੀ ਆਪਣੇ ASI ਗੁਰਦੀਪ ਸਿੰਘ ਗਸ਼ਤ ਦੌਰਾਨ ਨੂੰ ਮੁੱਖ ਬਰਖਾਸਤ ਨੇ ਦੱਸਿਆ ਕਿ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਪ੍ਰੀਤਮ ਸਿੰਘ ਵਾਸੀ ਕਰਮੂਵਾਲਾ ਹਰੀਕੇ ਸਾਈਡ ਤੋਂ ਸ਼ਰਾਬ ਲੈ ਕੇ ਦੇਸੀ ਸ਼ਰਾਬ ਲੈ ਕੇ ਆ ਰਿਹਾ ਵਾ ਅਤੇ ਜੇ ਆਪਾਂ ਉੱਥੇ ਨਾਕਾ ਲਾਵੇ ਸਾਧੂਵਾਲ ਰੋਡ 'ਤੇ ਤੁਹਾਨੂੰ ਫੜ ਫੜਿਆ ਜਾ ਸਕਦਾ ਸਵੇਸ ਦਾ। ਫਿਰ ਇਹ ਪੁਲਿਸ ਪਾਰਟੀ ਨੇ ਨਾਕਾ ਲਾਇਆ ਸਾਧੂਵਾਲ ਰੋਡ 'ਤੇ ਅਤੇ ਉੱਥੋਂ ਜਦੋਂ ਆਇਆ ਅਤੇ ਇਹਨੂੰ ਮੋਟਰਸਾਈਕਲ ਸਨੇ ਆਪਣੇ 30 ਬੋਤਲਾਂ ਸ਼ਰਾਬ ਤੋਂ ਬਰਾਮਦ ਕੀਤੀ। ਇੱਥੇ ਹੁਣ ਕੀ ਕਾਰਵਾਈ ਕੀਤੀ ਗਈ ਜੀ? ਇਹਦੇ ਉੱਤੇ FIR ਨੰਬਰ 189 ਅੰਡਰ ਸੈਕਸ਼ਨ 61 114 ਐਕਸਾਈਜ਼ ਐਕਟ ਪਰਚਾ ਦਰਜ ਕਰਕੇ ਇਹਨੂੰ ਅੱਜ ਅਦਾਲਤ ਪੇਸ਼ ਕਰਾਂਗੇ।